ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਵੜੈਚ ਅੱਜ ਫਿਰ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ ਤੁਹਾਡੇ ਸਾਹਮਣੇ ਹੋਇਆ। ਸੋ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਚੈਨਲ ਨੂੰ, ਫਿਰ ਮੈਂ ਤੁਹਾਡੇ ਲਈ ਕਵਿਤਾ ਲੈ ਕੇ ਜੋ ਆਇਆ ਸੁਣਾਊਂਗਾ ਜ਼ਰੂਰ। ਦੇਖੋ ਕਿੰਨਾ ਸੋਹਣਾ ਮੌਸਮ ਹੈ ਅੱਜ, ਨੀਲਾ ਆਸਮਾਨ ਹੈ, ਹਰੇ ਭਰੇ ਰੁੱਖ ਹਨ। ਸੋ ਬੜੀ ਸੋਹਣੀ ਖਿੱਚ ਪਾਉਂਦੇ ਨੇ ਇਹ, ਹੈ ਨਾ। ਅੱਜ ਜੋ ਕਵਿਤਾ ਲੈ ਕੇ ਆਇਆ ਹਾਂ ਮੈਂ ਤੁਹਾਡੇ ਲਈ, ਇਹ ਵੀ ਇੱਕ ਸੱਚ ਦੇ ਨਾਲ ਜੁੜੀ ਹੋਈ ਕਵਿਤਾ ਹੈ। ਇੱਕ ਬੰਦਾ ਕੀ ਕਹਿ ਰਿਹਾ ਕਿ ਸੱਚ ਲੁਕਿਆ ਨਾ ਰਹਿ ਜੇ, ਹੈ ਨਾ। ਸੋ ਇਹ ਇੱਕ ਕਲਾਕਾਰਾਂ ਨੂੰ, ਜਿਹੜੇ ਜਿੰਨੇ ਵੀ ਆਪਣੇ ਕਲਾਕਾਰ ਵੀਰ ਨੇ ਜਾਂ ਆਰਟਿਸਟ ਨੇ, ਉਹ ਬੜੇ ਵਧੀਆ ਤਰੀਕੇ ਨਾਲ ਇਸ ਗੱਲ ਨੂੰ ਰੱਖ ਸਕਦੇ ਨੇ ਕਿ ਇਤਿਹਾਸ ਵਿੱਚ ਸੱਚ ਕਿੱਥੇ ਪਿਆ ਹੋਇਆ, ਉਹਨੂੰ ਕਿਵੇਂ ਉਜਾਗਰ ਕਰਨਾ ਹੈ, ਕਿਉਂਕਿ ਉਹਨਾਂ ਕੋਲ ਇੱਕ ਮੰਚ ਹੈਗਾ ਕਿਸੇ ਵੀ ਫੀਲਡ ਨਾਲ ਜੁੜਿਆ ਹੋਵੇ। ਕਲਾਕਾਰ ਕਿਸੇ ਵੀ ਤਰ੍ਹਾਂ ਦਾ ਹੋਵੇ, ਐਕਟਰ ਹੋਵੇ, ਸਿੰਗਰ ਹੋਵੇ, ਡਾਇਰੈਕਟਰ ਹੋਵੇ, ਉਹ ਆਪਣੀ ਕਲਾਕਾਰੀ ਦੇ ਨਾਲ ਇਸ ਚੀਜ਼ ਨੂੰ ਉਜਾਗਰ ਕਰ ਸਕਦਾ। ਸੋ ਉਸੇ ਚੀਜ਼ ਨੂੰ ਆਪਣੀ ਕਵਿਤਾ ਦੇ ਰੂਪ ਵਿੱਚ ਮੈਂ ਇੱਦਾਂ ਬਿਆਨ ਕਰਦਾ ਹਾਂ। ਸੁੱਤਾ ਸੱਚ ਕਿੱਸੇ ਰਹਿ ਗਏ ਘੁੱਟ ਕੇ ਕਿਤਾਬਾਂ 'ਚ ਕੁਝ ਖਾਸ ਬਣ ਕੇ, ਕਿੱਸੇ ਰਹਿ ਗਏ ਘੁੱਟ ਕੇ ਕਿਤਾਬਾਂ 'ਚ ਕੁਝ ਖਾਸ ਬਣ ਕੇ, ਤੂੰ ਚੱਕ ਲੈ ਢੋਲਕੀ ਹਿਲਾ ਦੇ ਝੂਠ ਨੂੰ, ਸੱਚ ਸੁੱਤਾ ਪਿਆ ਕਿਤੇ ਇਤਿਹਾਸ ਬਣ ਕੇ, ਤੂੰ ਵਾਜਾ ਵੀ ਚੱਕ ਲੈ, ਤੂੰ ਕੈਮਰਾ ਵੀ ਚੱਕ ਲੈ, ਨਾਲ ਚੱਕ ਲੈ ਗੱਲ ਮਜ਼ਲੂਮਾਂ ਦੀ ਜੋ ਬਹਿ ਗਈ ਹੱਡਾਂ 'ਚ ਸੰਤਾਪ ਬਣ ਕੇ, ਕਿੱਸੇ ਰਹਿ ਗਏ ਘੁੱਟ ਕੇ ਕਿਤਾਬਾਂ 'ਚ ਕੁਝ ਖਾਸ ਬਣ ਕੇ, ਵੇਖੀ ਵੇਖੀ ਸੱਚ ਲੁਕਿਆ ਨਾ ਰਹਿ ਜੇ ਜੋ ਰਹਿ ਗਿਆ ਕਿਤਾਬਾਂ ਦਾ ਦਾਸ ਬਣ ਕੇ, ਵੇਖੀ ਸੱਚ ਲੁਕਿਆ ਨਾ ਰਹਿ ਜੇ ਜੋ ਰਹਿ ਗਿਆ ਕਿਤਾਬਾਂ ਦਾ ਦਾਸ ਬਣ ਕੇ, ਤੂੰ ਚੱਕ ਲੈ ਢੋਲਕੀ ਅਤੇ ਹਿਲਾ ਦੇ ਝੂਠ ਨੂੰ, ਸੱਚ ਸੁੱਤਾ ਪਿਆ ਕਿਤੇ ਇਤਿਹਾਸ ਬਣ ਕੇ। ਸੋ ਦੋਸਤੋ, ਜਿੰਨੇ ਵੀ ਕਲਾਕਾਰ ਨਾਲ ਤਾਲੁਕ ਰੱਖਦੇ ਨੇ, ਕਲਾਕਾਰੀ ਨਾਲ ਤਾਲੁਕ ਰੱਖਦੇ ਨੇ, ਉਹਨਾਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਅੱਜ ਜੋ ਵੀ ਇੱਕ ਆਮ ਆਦਮੀ ਨਾਲ ਵਿਚਰ ਰਿਹਾ ਹੈ, ਵਾਪਰ ਰਿਹਾ ਹੈ, ਕਿਸੇ ਵੀ ਰੂਪ ਵਿੱਚ ਧੱਕਾ ਹੋਵੇ, ਜੋ ਵੀ ਹੋਵੇ, ਉਸ ਨੂੰ ਮੰਚ ਉੱਤੇ ਲੈ ਕੇ ਆਓ ਤਾਂ ਕਿ ਆਪਾਂ ਇਹਨਾਂ ਕੁਦਰਤ ਦੇ ਜਾਇਆਂ ਦਾ ਕੁਛ ਭਲਾ ਕਰ ਸਕੀਏ। ਸਰਬੱਤ ਦਾ ਭਲਾ ਹੀ ਇਨਸਾਨੀਅਤ ਦਾ ਮੁੱਖ ਮੰਤਵ ਹੈ। ਸੋ ਆਪਾਂ ਨੇ ਇਹ ਜ਼ਰੂਰ ਕਰਨਾ ਹੈ। ਤੁਹਾਨੂੰ ਉਮੀਦ ਹੈ ਕਿ ਇਹ ਕਵਿਤਾ ਜ਼ਰੂਰ ਪਸੰਦ ਆਈ ਹੋਵੇਗੀ। ਸੋ ਆਪਾਂ ਮਿਲਦੇ ਹਾਂ ਫਿਰ ਅਗਲੀ ਕਵਿਤਾ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਥੈਂਕ ਯੂ।